ਬਾਦਸ਼ਾਹ ਦੇ ਰੈਪਸ ਨੇ ਫੈਨਸ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਹੋਈ ਹੈ। ਹਾਲ ਹੀ ਚ ਬਾਦਸ਼ਾਹ ਨੇ ਕਿਹਾ ਕਿ ਉਹ ਆਪਣਾ ਐਕਟਿੰਗ ਡੈਬਿਊ ਕਰਨ ਜੌਹਰ ਦੇ ਸੈਗਮੈਂਟ ਲਾਸਟ ਸਟੋਰੀਜ਼ ਵਿੱਚ ਕਰ ਸਕਦੇ ਸੀ, ਪਰ ਉਹ ਆਪਣੀ ਐਲਬਮ ਵਨ ਵੱਲ ਫੋਕਸਡ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਪਹਿਲੇ ਫਿੱਟ ਹੋਣਾ ਚਾਹੁੰਦੇ ਆ ਫਿਰ ਐਕਟਿੰਗ ਕਰਨਗੇ। ਬਾਦਸ਼ਾਹ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਮੂਵੀ ਗੁੱਡ ਨਿਊਜ਼ ਦਾ ਆਫਰ ਵੀ ਆਇਆ ਸੀ ਜੋ ਹੁਣ ਦਿਲਜੀਤ ਤੋਂ ਸਾਂਝ ਕਰ ਰਹੇ ਹੈ ਅਕਸ਼ੇ ਕੁਮਾਰ ਦੇ ਨਾਲ, ਪਰ ਉਹਨਾਂ ਨੇ ਉਹ ਵੀ ਕਰਨ ਤੋਂ ਮਨਾ ਕਰ ਦਿੱਤਾ। ਬਾਦਸ਼ਾਹ ਦਾ ਮੰਨਣਾ ਹੈ ਕਿ ਦ ਟੈਂਜੀਬਲ ਬੈਂਚਮਾਰਕ ਫਾਰ ਮੀ ਇਜ਼ ਟੂ ਬੀ ਦ ਨੰਬਰ 1 ਗਾਏ ਔਨ ਦ ਫੋਰਬਸ ਲਿਸਟ। ਤੁਹਾਡੇ ਕੋਲ ਚੰਗਾ ਬਿਜ਼ਨਸ ਹੋਣਾ ਚਾਹੀਦਾ ਤੇ ਸਕਿੱਲਸ ਹੋਣੀਆਂ ਚਾਹੀਦੀਆਂ ਇੱਕ ਸਕਸੈਸਫੁਲ ਆਦਮੀ ਬਣਨ ਲਈ, ਤੇ ਹਲੇ ਮੈਂ ਬਹੁਤ ਕੁਝ ਕਰਨਾ ਹੈ।